ਕਥਾ ਕਹਾਣੀ ਦੇ ਵਿੱਚ ਅੱਜ ਜਿਹੜੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ, ਇਹ ਇੱਕ ਅਰਬੀ ਦੀ ਕਹਾਣੀ ਹੈ ਕਿ ਆਦਤਾਂ ਤੋਂ ਨਸਲ ਦਾ ਪਤਾ ਲੱਗ ਜਾਂਦਾ। ਰਾਜੇ ਦਾ ਦਰਬਾਰ ਲੱਗਿਆ ਹੁੰਦਾ, ਇੱਕ ਬੰਦਾ ਆਉਂਦਾ, ਕਹਿੰਦਾ ਰਾਜਾ ਮੈਨੂੰ ਕੰਮ ਚਾਹੀਦਾ। ਉਹ ਕਹਿੰਦਾ ਤੂੰ ਮੈਨੂੰ ਆਪਦੀ ਯੋਗਤਾ ਦੱਸ, ਤੇਰੀ ਯੋਗਤਾ ਦੇ ਹਿਸਾਬ ਦੇ ਨਾਲ ਆਪਾਂ ਕੰਮ ਦੇ ਦੇਵਾਂਗੇ। ਉਹ ਕਹਿੰਦਾ ਮੈਂ ਰਾਜਸੀ ਹਾਂ। ਅਰਬੀ ਦੇ ਵਿੱਚ ਰਾਜਸੀ ਉਸਨੂੰ ਕਿਹਾ ਜਾਂਦਾ ਸੀ ਜਿਹੜਾ ਕਿ ਬਹੁਤ ਤੇਜ਼ ਅਤੇ ਬੁੱਧੀਮਾਨ ਵਿਅਕਤੀ ਹੁੰਦਾ ਸੀ। ਉਹ ਕਹਿੰਦਾ ਦਰਬਾਰ ਦੇ ਵਿੱਚ ਤਾਂ ਬਹੁਤ ਆ, ਉਹਦੀ ਡਿਊਟੀ ਉੱਥੇ ਲਾ ਦਿੰਦਾ ਜਿੱਥੇ ਉਸਦੇ ਮਹਿੰਗੀ ਨਸਲ ਦੇ ਘੋੜੇ ਹੁੰਦੇ ਆ ਉਹ ਤਬੇਲੇ ਦੇ ਵਿੱਚ। ਰਾਜਾ ਕਿਤੇ ਜਾਂਦਾ ਅਤੇ ਇੱਕ ਨਸਲ ਦੇ ਘੋੜੇ 'ਤੇ ਹੱਥ ਰੱਖ ਕੇ ਕਹਿੰਦਾ ਕਿ ਇਹਦੇ ਬਾਰੇ ਦੱਸ। ਉਹ ਕਹਿੰਦਾ ਵੀ ਇਹ ਨਸਲ ਦਾ ਘੋੜਾ ਨਹੀਂ। ਰਾਜਾ ਹੈਰਾਨ ਹੁੰਦਾ ਅਤੇ ਉਹ ਪੁਰਾਣਾ ਜਿਹੜਾ ਬੰਦਾ ਉੱਥੇ ਕੰਮ ਆ ਹੁੰਦਾ ਤਬੇਲੇ ਦਾ ਉਹਨੂੰ ਬੁਲਾਉਂਦਾ ਅਤੇ ਉਹ ਘੋੜੇ ਬਾਰੇ ਪੁੱਛਦਾ। ਉਹ ਕਹਿੰਦਾ ਵੀ ਜਦੋਂ ਇਹਦਾ ਜਨਮ ਹੁੰਦਾ ਇਹਦੀ ਮਾਂ ਦੀ ਮੌਤ ਹੋ ਜਾਂਦੀ ਆ, ਇਹ ਗਾਂ ਦੇ ਦੁੱਧ ਨਾਲ ਪਾਲਿਆ ਹੋਇਆ। ਰਾਜਾ ਉਹ ਬੰਦੇ ਨੂੰ ਬੁਲਾਉਂਦਾ, ਕਹਿੰਦਾ ਤੈਨੂੰ ਪਤਾ ਕਿਵੇਂ ਲੱਗਿਆ? ਕਹਿੰਦਾ ਰਾਜਾ ਜਿਹੜੇ ਇਹ ਨਸਲ ਦੇ ਘੋੜੇ ਹੁੰਦੇ ਆ ਉਹ ਜਦੋਂ ਆਪਦੇ ਮੂੰਹ 'ਚ ਖਾਣ ਵਾਲੀ ਚੀਜ਼ ਪਾਉਂਦੇ ਆ ਅਤੇ ਮੂੰਹ ਉੱਪਰ ਚੱਕ ਕੇ ਖਾਂਦੇ ਆ, ਪਰ ਇਹ ਨੀਵੀ ਪਾ ਕੇ ਖਾਂਦਾ, ਇਹ ਤੋਂ ਪਤਾ ਲੱਗਦਾ ਕਿ ਨਸਲ ਦਾ ਘੋੜਾ ਨਹੀਂ। ਰਾਜਾ ਖੁਸ਼ ਹੁੰਦਾ ਅਤੇ ਇਨਾਮ ਦੇ ਵਿੱਚ ਬਹੁਤ ਹੀ ਮਹਿੰਗੀਆਂ ਵਸਤਾਂ, ਖਾਣ ਪੀਣ ਵਾਲੀਆਂ ਚੀਜ਼ਾਂ ਉਹਦੇ ਘਰ ਭੇਜ ਦਿੰਦਾ ਅਤੇ ਉਹਦੀ ਡਿਊਟੀ ਰਾਣੀ ਦੇ ਮਹਿਲ 'ਚ ਲਾ ਦਿੰਦਾ। ਕੁਝ ਟਾਈਮ ਬਾਅਦ ਉਹ ਆਉਂਦਾ, ਕਹਿੰਦਾ ਵੀ ਰਾਣੀ ਬਾਰੇ ਦੱਸ। ਕਹਿੰਦਾ ਗੁੱਸਾ ਤਾਂ ਨਹੀਂ ਮੰਨਦੇ? ਕਹਿੰਦਾ ਨਹੀਂ। ਕਹਿੰਦਾ ਸਹਿਜਾਦੀ ਇਹ ਵੀ ਹੈ ਨਹੀਂ? ਰਾਜਾ ਗੁੱਸੇ ਵਿੱਚ ਆਉਂਦਾ ਅਤੇ ਆਪਣੀ ਸੱਸ ਦੇ ਮਹਿਲ 'ਚ ਚਲਿਆ ਜਾਂਦਾ। ਕਹਿੰਦਾ ਵੀ ਤੂੰ ਮੈਨੂੰ ਦੱਸ ਵੀ ਜਿਹੜੀ ਰਾਣੀ ਆ ਉਹ ਸਹਿਜਾਦੀ ਨਹੀਂ? ਉਹ ਕਹਿੰਦੀ ਨਹੀਂ। ਕਹਿੰਦੀ ਗੱਲ ਕੀ ਹੋਈ ਕਿ ਤੇਰੇ ਪਿਤਾ ਨੇ ਤੁਹਾਡਾ ਛੋਟੇ ਹੁੰਦਿਆਂ ਦਾ ਬਚਪਨ 'ਚ ਹੀ ਰਿਸ਼ਤਾ ਕਰਤਾ ਕਿ ਇਹਨਾਂ ਦਾ ਵਿਆਹ ਹੋਣਾ, ਪਰ ਮੇਰੀ ਜਿਹੜੀ ਲੜਕੀ ਸੀ ਉਹਦੀ ਛੋਟੀ ਹੁੰਦੀ ਦੀ ਮੌਤ ਹੋ ਗਈ। ਅਸੀਂ ਸੋਚਿਆ ਵੀ ਤੁਹਾਡੇ ਨਾਲ ਅਸੀਂ ਰਿਸ਼ਤਾ ਬਣਾਈ ਰੱਖਣਾ, ਅਸੀਂ ਕਿਸੇ ਤੋਂ ਕੁੜੀ ਗੋਦ ਲੈ ਲਈ। ਅਤੇ ਰਾਜਾ ਹੈਰਾਨ ਹੋ ਕੇ ਉਹਨੂੰ ਬੁਲਾਉਂਦਾ, ਕਹਿੰਦਾ ਤੈਨੂੰ ਪਤਾ ਕਿਵੇਂ ਲੱਗਿਆ? ਕਹਿੰਦਾ ਰਾਜਨ ਇਹ ਸਹਿਜਾਦੀ ਨਹੀਂ, ਪਤਾ ਇਹ ਗੱਲ ਤੋਂ ਲੱਗਿਆ ਕਿ ਆਪਦੇ ਨੌਕਰਾਂ ਨੂੰ ਭੱਜ ਭੱਜ ਪੈਂਦੀ ਹੈ, ਇਹਦੇ 'ਚ ਸੰਸਕਾਰ ਨਹੀਂ, ਕੋਈ ਨਿਮਰਤਾ ਨਹੀਂ, ਕੁਛ ਨਹੀਂ ਹੈ, ਤਾਂ ਪਤਾ ਲੱਗਦਾ ਵੀ ਇਹ ਸਹਿਜਾਦੀ ਨਹੀਂ। ਅਤੇ ਰਾਜਾ ਖੁਸ਼ ਹੁੰਦਾ ਅਤੇ ਉਹਨੂੰ ਮਹਿੰਗੀ ਨਸਲ ਦੀਆਂ ਮੱਝਾਂ ਗਾਵਾਂ ਉਹਦੇ ਘਰ ਭੇਜ ਦਿੰਦਾ ਵੀ ਯਾਰ ਵੀ ਬਹੁਤ ਦਿਮਾਗੀ ਬੰਦਾ। ਰਾਜਾ ਕਹਿੰਦਾ ਤੂੰ ਹੁਣ ਮੇਰੇ ਬਾਰੇ ਦੱਸ। ਕਹਿੰਦਾ ਵੀ ਮੈਨੂੰ ਬਖਸ਼ ਦਿਓਗੇ? ਕਹਿੰਦਾ ਵੀ ਮੈਂ ਬਖਸ਼ ਦਊਂ। ਅਤੇ ਕਹਿੰਦਾ ਵੀ ਦੱਸ। ਕਹਿੰਦਾ ਬਚਨ ਦਿਓ। ਉਹ ਕਹਿੰਦਾ ਮੈਂ ਬਚਨ ਦਿੰਦਾ, ਤੈਨੂੰ ਕੁਛ ਨਹੀਂ ਕਹਿੰਦਾ। ਕਹਿੰਦਾ ਫਿਰ ਸਹਿਜਾਦਾ ਤੂੰ ਵੀ ਹੈ ਨਹੀਂ। ਉਹਦਾ ਹੱਥ ਕਿਰਪਾਨ 'ਤੇ ਚਲਿਆ ਜਾਂਦਾ, ਪਰ ਉਹਨੂੰ ਆਪਦਾ ਦਿੱਤਾ ਬਚਨ ਯਾਦ ਆਉਂਦਾ ਅਤੇ ਉਹ ਸਿੱਧਾ ਮਾਂ ਦੇ ਮਹਿਲ 'ਚ ਜਾਂਦਾ ਅਤੇ ਮਾਂ ਨੂੰ ਪੁੱਛਦਾ, ਮਾਂ ਮੈਂ ਜਨਮ ਤੋਂ ਸਹਿਜਾਦਾ ਨਹੀਂ। ਉਹ ਕਹਿੰਦੀ ਪੁੱਤ ਨਹੀਂ, ਕਿਉਂਕਿ ਸਾਡੇ ਘਰ ਔਲਾਦ ਨਹੀਂ ਹੋਈ, ਮੈਂ ਅਤੇ ਤੇਰੇ ਪਿਤਾ ਜੀ ਨੇ ਸੋਚਿਆ ਕਿ ਰਾਜ ਦਾ ਬਾਲੀਵਾਸ ਕੌਣ ਹੋਊ, ਅਸੀਂ ਇੱਕ ਆਜੜੀ ਤੋਂ ਤੈਨੂੰ ਗੋਦ ਲਿਆਏ। ਰਾਜਾ ਦੁਖੀ ਵੀ ਹੋਇਆ ਅਤੇ ਹੈਰਾਨ ਵੀ ਹੋਇਆ ਅਤੇ ਉਹ ਬੰਦੇ ਨੂੰ ਫਿਰ ਬੁਲਾ ਲੈਂਦਾ। ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਸਹਿਜਾਦਾ ਨਹੀਂ? ਕਹਿੰਦਾ ਰਾਜਾ ਜਦੋਂ ਮੈਂ ਪਹਿਲਾਂ ਤੈਨੂੰ ਘੋੜੇ ਵਾਲੀ ਗੱਲ ਦੱਸੀ ਤਾਂ ਤੂੰ ਮੈਨੂੰ ਇਨਾਮ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ, ਜਦੋਂ ਰਾਣੀ ਵਾਲੀ ਗੱਲ ਦੱਸੀ ਤਾਂ ਤੂੰ ਮੈਨੂੰ ਮਹਿੰਗੀ ਨਸਲ ਦੀਆਂ ਗਾਵਾਂ ਮੱਝਾਂ ਇਹ ਦਿੱਤੀਆਂ, ਜਦਕਿ ਰਾਜੇ ਮਹਾਰਾਜੇ ਜਿਹੜੇ ਸਹਿਜਾਦੇ ਹੁੰਦੇ ਸੀ ਉਹ ਦਾਨ ਦੇ ਵਿੱਚ ਜਦੋਂ ਖੁਸ਼ ਹੁੰਦੇ ਸੀ ਨਾ ਇਨਾਮ ਵਜੋਂ ਹੀਰੇ ਜਵਾਹਰਾਤ ਦਿੰਦੇ ਆ, ਪਰ ਤੂੰ ਇਹ ਚੀਜ਼ਾਂ ਦਿੱਤੀਆਂ ਅਤੇ ਇਹ ਤੋਂ ਅੰਦਾਜ਼ਾ ਲੱਗਿਆ ਅਤੇ ਤੂੰ ਵੀ ਸਹਿਜਾਦਾ ਤਾਂ ਹੈ ਨਹੀਂ। ਸੋ ਕਹਿਣ ਤੋਂ ਭਾਵ ਬੰਦਾ ਕਿੰਨਾ ਮਰਜ਼ੀ ਪੈਸੇ ਵਾਲਾ ਹੋ ਜੇ, ਤਕੜਾ ਹੋ ਜੇ, ਪਰ ਉਹਦੀਆਂ ਆਦਤਾਂ ਤੋਂ ਉਹਦੇ ਪਿਛੋਕੜ ਦਾ ਪਤਾ ਲੱਗ ਜਾਂਦਾ। ਸੋ ਅਗਲੀ ਮੁਲਾਕਾਤ ਤੱਕ ਤੁਹਾਡਾ ਅਤੇ ਮੇਰਾ ਰੱਬ ਰੱਖ।